ਯੋਗ ਮੁਦਰਾ ਤੇ ਕਿਸੇ ਹਿਸਾਬ ਨਾਲ ਕੋਈ ਕ੍ਰਿਮੀਨਲ ਅਫੈਂਸ ਨਹੀਂ ਬਣਦਾ। ਅੱਛਾ, ਬਿਲਕੁਲ। ਔਰ ਪੁਲਿਸ ਦੀ ਵੀ ਨਲਾਇਕੀ ਹੈ ਕਿ ਉਹਨਾਂ ਨੇ 295 ਇਹ ਪੜ੍ਹਿਆ ਤੱਕ ਨਹੀਂ। ਇਹਨਾਂ ਮੇਰੇ ਹਿਸਾਬ ਨਾਲ ਤਾਂ ਉਹਨਾਂ ਨੇ ਪੂਰੇ ਸਿੱਖ ਧਰਮ ਦੀ ਇਨਸਲਟ ਕੀਤੀ। ਅੱਜ ਸਾਡੇ ਨਾਲ ਸੀਨੀਅਰ ਐਡਵੋਕੇਟ ਨੇ ਆਰਐਸ ਬੈਂਸ, ਜਿਹੜੇ ਕਾਫੀ ਮਾਹਿਰ ਨੇ, ਕਾਨੂੰਨੀ ਜਾਣਕਾਰ ਵੀ ਗੱਲ ਕਰਦੇ ਨੇ ਔਰ ਤਮਾਮ ਜਿਹੜੇ ਪਹਿਲੂ ਨੇ ਉਹਨਾਂ ਨੂੰ ਬਖੂਬੀ ਮਾਲੂਮ ਹੈ ਔਰ FIR ਵੀ ਖੋਲ ਕੇ ਬੈਠੇ। ਬੈਂਸ ਸਾਹਿਬ, ਹਰਿਮੰਦਰ ਸਾਹਿਬ ਤੁਸੀਂ ਬੜੀ ਵਾਰ ਗਏ ਹੋਣੇ, ਇਹ ਤੁਸੀਂ ਇੱਕ ਫੋਟੋ ਵੀ ਦੇਖ ਰਹੇ ਹੋ, ਮੈਂ ਤੁਹਾਡੇ ਸਾਹਮਣੇ ਇੱਕ ਕਹਾਂਗਾ, ਪਹਿਲਾਂ ਇੱਕ ਫੋਟੋ ਦਿਖਾ ਦਈਏ ਜਿਹੜਾ ਇਹ ਯੋਗ ਕਰਦੀ ਹੋਈ ਕੁੜੀ ਅਰਚਨਾ ਮਕਵਾਨਾ ਦੀ ਹੈ। ਬੈਂਸ ਸਾਹਿਬ, FIR ਹੋ ਗਈ, FIR ਵੀ ਤੁਹਾਡੇ ਸਾਹਮਣੇ, ਫੋਟੋ ਵੀ ਤੁਹਾਡੇ ਸਾਹਮਣੇ, ਪਹਿਲਾਂ ਤੁਹਾਡੀ ਪ੍ਰਤੀਕਿਰਿਆ? ਨਹੀਂ, ਮੈਨੂੰ ਲੱਗਦਾ ਕਿ ਮੈਨੇਜਰ ਸਾਹਿਬ ਜਿਹੜੇ ਆ ਭਗਵੰਤ ਸਿੰਘ ਜੀ ਹੈ, ਨਾ ਉਹਨਾਂ ਨੂੰ ਕਾਨੂੰਨ ਦੀ ਜਾਣਕਾਰੀ, ਨਾ ਉਹਨਾਂ ਨੂੰ ਧਰਮ ਦੀ ਜਾਣਕਾਰੀ। ਇਸ ਯੋਗ ਮੁਦਰਾ ਤੇ ਕਿਸੇ ਹਿਸਾਬ ਨਾਲ ਕੋਈ ਕ੍ਰਿਮੀਨਲ ਅਫੈਂਸ ਨਹੀਂ ਬਣਦਾ। ਅੱਛਾ, ਬਿਲਕੁਲ। ਔਰ ਪੁਲਿਸ ਦੀ ਵੀ ਨਲਾਇਕੀ ਹੈ ਕਿ ਉਹਨਾਂ ਨੇ 295 ਇਹ ਪੜ੍ਹਿਆ ਤੱਕ ਨਹੀਂ। ਇਹਨਾਂ ਮੇਰੇ ਹਿਸਾਬ ਨਾਲ ਤਾਂ ਉਹਨਾਂ ਨੇ ਪੂਰੇ ਸਿੱਖ ਧਰਮ ਦੀ ਇਨਸਲਟ ਕੀਤੀ। ਤੁਸੀਂ ਬਹੁਤ ਵੱਡੀ ਗੱਲ ਕਹਿ ਰਹੇ ਹੋ, ਬਹੁਤ ਹੈ ਵੀ ਬੜੀ ਵੱਡੀ ਕਿ ਇੱਕ ਇਨੋਸੈਂਟ ਕੁੜੀ ਯੋਗ ਆਸਣ ਵਿੱਚ ਬੈਠੀ ਹੋਵੇ, ਦਰਬਾਰ ਸਾਹਿਬ ਵਿੱਚ ਸ਼ਾਂਤੀ ਜਗ੍ਹਾ 'ਤੇ ਉਹਦਾ ਚਿਹਰਾ ਦੇਖੋ, ਕੰਪਲੀਟ ਸ਼ਾਂਤੀ ਨਾਲ, ਇਸ ਤੋਂ ਵੱਡੀ ਇਹ ਇੱਜ਼ਤ ਦਾ ਇਹ ਖੂਬਸੂਰਤੀ ਹੈ ਉਸ ਜਗ੍ਹਾ ਦੀ ਕਿ ਉਹਨੂੰ ਲੱਗਾ ਕਿ ਇੰਟਰਨੈਸ਼ਨਲ ਯੋਗ ਡੇ 'ਤੇ ਮੈਂ ਆਪਣੇ ਧਰਮ ਦੇ ਮੁਤਾਬਿਕ ਯੋਗ ਆਸਣ, ਔਰ ਯੋਗ ਆਸਣ ਕੋਈ ਧਰਮ ਨਹੀਂ ਹੈ, ਯੋਗ ਆਸਣ ਦਾ ਟੈਕਨੀਕ ਹੈ, ਇਹ ਟੈਕਨੀਕ ਹੈ ਈਸ਼ਵਰ ਤੇ ਪਹੁੰਚਣ। ਜਿੱਦਾਂ ਦਰਬਾਰ ਸਾਹਿਬ ਵਿੱਚ ਜਦੋਂ ਅਸੀਂ ਪਾਠ ਕਰਦੇ, ਉਹ ਵੀ ਇੱਕ ਟੈਕਨੀਕ ਹੈ ਈਸ਼ਵਰ ਤੇ ਪਹੁੰਚਣ। ਉਸ ਨੂੰ ਪ੍ਰੈਕਟਿਸ ਕਰਦੇ, ਆਪਣੇ ਧਰਮ ਨਾਲ ਪ੍ਰੈਕਟਿਸ ਕਰਦੇ, ਔਰ ਜਿਸ ਜਗ੍ਹਾ ਤੇ ਜਿੱਥੇ ਕਿ ਹਰ ਬੰਦਾ ਵੈਲਕਮ ਹੈ, ਹਰ ਤੁਸੀਂ ਮਨੁੱਖ ਹੋ ਨਾ, ਇਸ ਧਰਤੀ ਜਨਮ ਲੈ ਲਿਆ ਤਾਂ ਤੁਸੀਂ ਦਰਬਾਰ ਸਾਹਿਬ ਜਾ ਸਕਦੇ ਹੋ, ਕੋਈ ਰੋਕਣ ਦਾ ਮਤਲਬ ਨਹੀਂ। ਉੱਥੇ ਦੇ ਜਨਰਲ ਮੈਨੇਜਰ ਵਿੱਚ ਇੰਨੀ ਸਮਝ ਨਾ ਹੋਵੇ ਕਿ ਤੁਸੀਂ ਇੱਕ ਦਿਨ ਬਾਅਦ ਸੰਗਤ, ਉੱਥੇ ਸੀ ਸੰਗਤ, ਜਾ ਸਮਝਦਾਰ ਸੀ, ਸੰਗਤ ਨੇ ਉਹਨਾਂ ਦੀ ਫੋਟੋ ਖਿੱਚਿਆ ਹੋਏਗਾ, ਸੰਗਤ ਨੇ ਵੈਲਕਮ ਕੀਤਾ ਹੋਏਗਾ ਇਹੋ ਜਿਹੀ ਪਾਇਸ ਆਤਮਾ ਦਾ, ਪਵਿੱਤਰ ਆਤਮਾ, ਮੈਨੂੰ ਪਵਿੱਤਰ ਆਤਮਾ ਲੱਗਦੀ ਹੈ। ਔਰ ਜਨਰਲ ਮੈਨੇਜਰ ਨੂੰ ਇੱਕ ਦਿਨ ਬਾਅਦ ਇਹ ਯਾਦ ਆਇਆ ਕਿ ਧਰਮ ਦੀ ਬੇਅਦਬੀ ਹੋ ਰਹੀ ਹੈ। 295 ਕਹਿੰਦਾ ਕਿ ਕੋਈ ਇੰਟੈਂਸ਼ਨਲੀ ਕਿਸੇ ਧਰਮ ਦੀ ਇਨਸਲਟ ਕਰਦਾ ਹੋਵੇ, ਡਿਲੀਬਰੇਟਲੀ, ਕੋਈ ਇਹੋ ਜਿਹਾ ਐਕਟ ਜਿਹਦੇ ਨਾਲ ਦੂਸਰੇ ਕਿਸੇ ਬੰਦੇ ਨੂੰ ਆਊਟਰੇਜ ਹੋਏ ਫੀਲਿੰਗ। ਇੰਨੇ ਹਜ਼ਾਰਾਂ ਬੰਦੇ ਪਰਕਰਮਾ ਵਿੱਚ ਹਮੇਸ਼ਾ ਹੀ ਹੁੰਦੇ ਹੈ, ਕਿਸੇ ਨੂੰ ਬੁਰਾ ਨਹੀਂ ਲੱਗਾ, ਕਿਸੇ ਨੇ ਕੋਈ ਪ੍ਰੋਟੈਸਟ ਨਹੀਂ ਕੀਤੇ, ਕਿਸੇ ਨੇ ਕੁਛ ਨਹੀਂ ਕਿਹਾ, ਅਚਾਨਕ ਇੱਕ ਦਿਨ ਬਾਅਦ ਜਨਰਲ ਮੈਨੇਜਰ ਸਾਨੂੰ ਇਹ ਸਮਝ ਲੱਗਾ ਕਿ ਸਾਡੇ ਧਰਮ ਦੀ। ਯੋਗਾ ਦਾ ਜਿਹੜਾ ਇਹ ਆਸਨ ਹੈ ਕਿ ਇੱਕ ਤਾਂ ਧਿਆਨ ਮੁਦਰਾ, ਦੂਜਾ ਇਹ ਸ਼੍ਰੀ ਸ਼ਾਸਨ ਪੈਰ, ਮੈਂ ਆਪ ਇਸ ਮੁਦਰਾ ਵਿੱਚ ਬਹੁਤ ਵਾਰ ਬੈਠਾ। ਅੱਛਾ, ਮੈਂ 6 ਮਹੀਨੇ ਘੁੰਮਦਾ ਰਿਹਾ ਹਿੰਦੁਸਤਾਨ ਵਿੱਚ, ਹਰ ਚਰਚ ਵਿੱਚ, ਮੰਦਰ ਵਿੱਚ, ਗੁਰਦੁਆਰੇ ਜਾ ਕੇ ਤੁਸੀਂ ਸ਼ਾਂਤ ਅੱਖਾਂ ਬੰਦ ਕਰਕੇ ਬੈਠਦੇ ਹੋ ਤੇ ਤੁਸੀਂ ਕੀਰਤਨ ਵੀ ਸੁਣਨਾ ਹੋਵੇ, ਦਰਬਾਰ ਸਾਹਿਬ ਦੇ ਪਾਠ ਵੀ ਸੁਣਨਾ ਹੋਵੇ, ਤਾਂ ਸ਼ਾਂਤੀ ਨੂੰ ਅੱਖਾਂ ਬੰਦ ਕਰ ਲੈਂਦੇ। ਜਿਹੜਾ ਇਹ ਸ਼ੀਰ ਸ਼ਾਸਨ ਹੈ, ਵੀ ਸ਼ੀਰ ਸ਼ਾਸਨ ਯੋਗ ਦਾ ਇੱਕ ਬੜਾ ਕਾਮਨ ਆਸਨ ਹੈ, ਯੋਗ ਵਿੱਚ ਬਹੁਤ ਆਸਨ ਹੈ, ਕਿਉਂਕਿ ਉੱਥੇ ਨੇ ਦਰਬਾਰ ਸਾਹਿਬ ਸਾਹਮਣੇ ਨੇ, ਆਕਾਸ਼ ਵੱਲ ਹੈ, ਸਿਰ ਨੀਚੇ ਹੈ, ਲੱਤਾਂ ਉੱਪਰ ਹੈ, ਤੁਸੀਂ ਨੀਚੇ ਸਿਰ ਉੱਪਰ ਹੋਵੇ, ਨੀਚੇ ਹੋਵੇ, ਇਹਦੇ ਦਰਬਾਰ ਸਾਹਿਬ ਦਾ ਕੋਈ ਲੈਣਾ ਦੇਣਾ ਨਹੀਂ, ਨਾ ਹੀ ਉਹਨੂੰ ਕੋਈ ਲੈਣਾ ਦੇਣਾ, ਉਹ ਤਾਂ ਇੱਕ ਉਸ ਸ਼ਾਂਤੀ ਨੂੰ ਮਹਿਸੂਸ ਕਰ ਰਹੀ ਹੈ ਉਸ ਜਗ੍ਹਾ ਜਿੱਥੇ ਹਮੇਸ਼ਾ ਹੀ ਲੋਕ ਸ਼ਰਧਾ ਨਾਲ ਆਉਂਦੇ ਨੇ। ਉੱਥੇ 24 ਘੰਟੇ ਪਵਿੱਤਰ ਬਾਣੀ ਦਾ ਪਾਠ ਹੁੰਦਾ, ਉਸ ਜਗ੍ਹਾ 'ਚ ਇੱਕ ਮਾਹੌਲ ਦੇ ਵਿੱਚ ਤੁਸੀਂ ਅੰਦਰ ਅੰਦਰ ਚਲ ਜਾਂਦੇ ਹੋ, ਤੁਸੀਂ ਧਰਮ ਦਾ ਮਤਲਬ ਅੰਦਰਲੀ ਯਾਤਰਾ, ਅੱਖਾਂ ਬੰਦ ਕਰਨਾ ਮਤਲਬ ਹੈ ਕਿ ਤੁਸੀਂ ਅਚਾਨਕ ਆਪਣੇ 'ਚ ਖੋ ਜਾਂਦੇ ਹੋ, ਤੁਹਾਡਾ ਕਨੈਕਸ਼ਨ ਬਣਦਾ। ਸਿੱਖ ਵਿਦਵਾਨ ਜਾਂ ਪ੍ਰਚਾਰਕ ਜਾਂ ਸਿੱਖ ਜਿਹੜੇ ਜਥੇਬੰਦੀਆਂ ਦੇ ਲੋਕ ਨੇ, ਉਹ ਕਹਿ ਰਹੇ ਨੇ ਕਿ ਇਹ ਬੇਅਦਬੀ ਹੈ, ਇਹ ਏਦਾਂ ਦੀ ਹਰਕਤ ਨਹੀਂ ਹੋਣੀ ਚਾਹੀਦੀ। FIR ਕਹਿੰਦੀ ਹੈ ਇਤਰਾਜ਼ਯੋਗ ਫੋਟੋ, ਮੈਂ FIR ਤੇ ਆਵਾਂਗਾ ਬੈਂਸ ਸਾਹਿਬ।
ਇੱਕ ਤਾਂ ਜਨਰਲ ਮੈਨੇਜਰ ਸਾਹਮਣੇ ਸੱਚ ਨਹੀਂ ਬੋਲਿਆ, ਹਿੰਮਤ ਨਹੀਂ ਕੀਤੀ। ਦੇਖੋ ਤੁਸੀਂ ਸਿੱਖ ਪਵਿੱਤਰ ਸਥਾਨ ਦੇ ਜਨਰਲ ਮੈਨੇਜਰ ਹੋ, ਸੱਚ ਬੋਲਣ ਦੀ ਹਿੰਮਤ ਤਾਂ ਕਰੋ। ਕਿਵੇਂ ਕਹਿ ਰਹੇ ਹੋ ਤੁਸੀਂ ਸਾਰੇ? ਤੁਸੀਂ ਕਹਿਣਾ ਸੀ ਕਿ ਇੱਕ ਲੜਕੀ ਨੇ ਯੋਗ ਆਸਣ ਕੀਤੇ, ਤੁਹਾਨੂੰ ਵੀ ਪਤਾ ਸ਼ੀਸ਼ ਆਸਣ ਕੀ ਹੁੰਦਾ। ਸਾਰਾ ਦੇਸ਼ ਇੰਟਰਨੈਸ਼ਨਲ ਯੋਗਾ ਡੇ ਦਾ ਮਨਾ ਰਿਹਾ, ਕਈ ਸਾਲ ਤੋਂ ਮਨਾ ਰਿਹਾ। ਸਭ ਨੂੰ ਪਤਾ ਲੱਗ ਗਿਆ ਕਿ ਯੋਗ ਡੇ ਵਿੱਚ ਕਿਹੜੇ ਕਿਹੜੇ ਆਸਣ ਕੀਤੇ ਜਾਂਦੇ ਨੇ। ਤੁਹਾਡਾ ਪ੍ਰਧਾਨ ਮੰਤਰੀ ਯੋਗ ਆਸਣ ਕਰਦਾ, ਔਰ ਜਿਸ ਦੇਸ਼ ਵਿਚ ਉਦਨ ਯੋਗ ਆਸਣ ਦਾ ਸੈਲੀਬ੍ਰੇਸ਼ਨ ਹੋ ਰਹੀ ਹੋਵੇ, ਦੁਨੀਆ ਭਰ ਨੂੰ ਮੈਸੇਜ ਆ ਰਿਹਾ ਹੋਵੇ, ਔਰ ਤੁਸੀਂ ਐਫ ਆਈ ਆਰ ਦਰਜ ਕਰਦੇ ਹੋ ਉਹੀ ਯੋਗ ਆਸਣ ਕਰਨ ਦਾ, ਔਰ ਉਹ ਵੀ ਇੱਕ ਲੜਕੀ ਉੱਤੇ, ਔਰ ਜਿਹੜੀ ਕਿ ਬੜੀ ਸ਼ਰਧਾ ਨਾਲ ਬੜੀ ਦੂਰੋਂ ਚੱਲ ਕੇ ਆਈ ਹੈ। ਉਹਨਾਂ ਨੂੰ ਇਤਰਾਜ ਹੈ ਕਿ ਹਰਿਮੰਦਰ ਸਾਹਿਬ ਚ ਕਿਉਂ ਕੀਤਾ? ਬਟ ਹਰਿਮੰਦਰ ਸਾਹਿਬ ਚ ਕਿਉਂ? ਤੁਸੀਂ ਆਪਣਾ ਧਰਮ ਦੇ ਹਿਸਾਬ ਨਾਲ ਹੀ ਜੀ ਸਕਦੇ ਹਰਿਮੰਦਰ ਸਾਹਿਬ ਚ। ਹਰਿਮੰਦਰ ਸਾਹਿਬ ਕੋਈ ਕਹਿੰਦਾ ਹੈ? ਕਦੀ ਉੱਥੇ ਬੋਰਡ ਲਗਾਇਆ ਕਿ ਸਿੱਖ ਤੋਂ ਇਲਾਵਾ ਇੱਥੇ ਕੋਈ ਐਂਟਰ ਨਹੀਂ ਕਰ ਸਕਦਾ? ਜਿਹੜੀ ਗੱਲ ਤੇ ਬਾਬਾ ਨਾਨਕ ਨੇ ਆਪਣੇ ਸਾਰੇ ਜੀਵਨ ਚ ਮਜ਼ਾਕ ਉਡਾਇਆ, ਕੌਣ ਨਹੀਂ ਜਾਣਦਾ? ਜਦੋਂ ਉਹਨਾਂ ਨੇ ਜਿਹੜੀ ਕਹਾਣੀ ਹੈ ਕਿ ਮੱਕਾ ਵੱਲ ਪੈਰ ਕਰਤੇ, ਦੱਸੋ ਕਿਹੜੀ ਜਗ੍ਹਾ ਈਸ਼ਵਰ ਨਹੀਂ ਹੈ, ਕਿਹੜੀ ਜਗ੍ਹਾ ਕਾਲ ਪੁਰਖ ਨਹੀਂ ਹੈ? ਇਹ ਰਚਾਰਾ ਰਜਨੀਸ਼ ਵੀ ਜਦੋਂ ਗਏ ਸੀ, ਉਹਨਾਂ ਨੇ ਪੁੱਛਿਆ ਸੀ ਸਵਾਲ ਕਿ ਤੁਸੀਂ ਕਹਿੰਦੇ ਹੈ ਕਿ ਮੈਂ ਸਿਰ ਢੱਕ ਕੇ ਆਵਾਂ, ਬਟ ਕੀ ਮੈਂ ਦਹਲੀਜ਼ ਤੋਂ ਬਾਹਰ ਈਸ਼ਵਰ ਨਹੀਂ ਹੈ? ਅਕਾਲ ਪੁਰਖ ਦਾ ਰਾਜ ਖਤਮ ਹੋ ਜਾਂਦਾ ਇੱਥੇ? ਕੋਈ ਜਵਾਬ ਨਹੀਂ ਸੀ ਸੋਝਿਆ ਉਸ ਵੇਲੇ ਵੀ, ਔਰ ਜਵਾਬ ਹੈ ਵੀ ਨਹੀਂ। ਠੀਕ ਹੈ, ਤੁਸੀਂ ਵਿਵਸਥਾ ਕਰਨੀ ਹੈ, ਵਿਵਸਥਾ ਵਿੱਚ ਕੁਛ ਡਿਸਿਪਲਿਨ ਹੁੰਦਾ, ਪਰ ਤੁਹਾਡੀ ਵਿਵਸਥਾ ਵਿੱਚ ਤੁਹਾਡੇ ਪਾਠ ਵਿੱਚ ਕੀ ਅੜਚਨ ਕਰ ਰਹੀ ਹੈ? ਕੁੜੀ ਕੁਛ ਵੀ ਨਹੀਂ ਕਰ ਰਹੀ, ਉਹ ਤਾਂ ਅੰਦਰ ਧਿਆਨ ਵਿੱਚ ਹੈ, ਉਹ ਤਾਂ ਐਕਚੁਅਲੀ ਧਰਮ ਦੀ ਜੀ ਰਹੀ ਹੈ, ਅੱਖਾਂ ਬੰਦ ਕਰਕੇ ਧਿਆਨ ਲਾ ਰਹੀ ਈਸ਼ਵਰ ਦਾ, ਅਕਾਲ ਪੁਰਖ ਨੂੰ ਯਾਦ ਕਰ ਰਹੀ ਹੈ, ਆਪਣੇ ਆਪਣੇ ਅਕਾਲ ਪੁਰਖ ਜੋ ਤੁਸੀਂ। ਉਸ ਜਗ੍ਹਾ ਤੇ ਤੁਸੀਂ ਇਹਨੂੰ ਕ੍ਰਿਮੀਨਲ ਅਫੈਂਸ ਬਣਾ ਦਿਓ, ਔਰ ਅਫਸੋਸ ਇਹ ਹੈ ਕਿ ਕੋਈ ਹੋਰ ਜਿਹਦਾ ਸੰਤੁਲਨ ਨਾ ਹੋਵੇ ਮਨ ਦਾ, ਕੋਈ ਐਫ ਆਈ ਆਰ ਲਿਖਾ ਕੇ ਸਮਝ ਆਉਂਦਾ ਕੁਛ ਹੁੰਦੇ ਹੈ, ਮਗਰ ਜਨਰਲ ਮੈਨੇਜਰ ਵੱਲੋਂ ਐਫ ਆਈ ਆਰ ਕਰਾਉਣਾ ਤਾਂ ਉਹਨਾਂ ਤੇ ਬੜਾ ਵੱਡਾ ਸਵਾਲ। ਮੇਰੇ ਐਜ਼ ਆ ਲੋਇਰ ਤਾਂ ਦਿਖਦਾ ਹੀ ਕਿ ਕੋਈ ਅਫੈਂਸ ਨਹੀਂ ਕਰਦਾ, ਬਟ ਐਜ਼ ਆ ਸਿੱਖ ਵੀ ਮੈਨੂੰ ਗੁੱਸਾ ਆਉਂਦਾ, ਦੁੱਖ ਹੁੰਦਾ ਕਿ ਤੁਸੀਂ ਦਰਬਾਰ ਸਾਹਿਬ ਤੇ ਮੇਰੇ ਸਾਹਮਣੇ ਤਾਂ ਐਫ ਆਈ ਆਰ ਕਰਾਉਣਾ ਦਰਬਾਰ ਸਾਹਿਬ ਦੀ ਵੱਡੀ ਬੇਇੱਜ਼ਤੀ ਹੈ। ਐਫ ਆਈ ਆਰ ਇੱਕ ਵਾਰ ਸਰ ਖੋਲ ਕੇ ਜਿਹੜਾ ਤੁਹਾਡੇ ਕੋਲ ਹੈਗੀ ਹੈ ਕਾਪੀ, ਕਿਉਂਕਿ ਉਹਦੇ ਵਿੱਚ ਐਫ ਆਈ ਆਰ ਇੱਕ ਇਹੋ ਜਿਹਾ ਦਸਤਾਵੇਜ਼ ਹੈ, ਉਹਦੇ ਵਿੱਚ ਪ੍ਰੋਪਰ ਲਿਖਿਆ ਹੁੰਦਾ ਕਿ ਮਸਲਾ ਕੀ ਸੀ, ਕਿਉਂ ਇਤਰਾਜ਼ ਕੀ ਹੈ, ਔਰ ਜਿਸ ਫੋਟੋ ਤੇ ਮਸਲਾ ਉਠਿਆ ਉਹਦਾ ਜ਼ਿਕਰ ਮੇਰੇ ਖਿਆਲ ਇਹਦੇ ਵਿੱਚ ਯੋਗ ਵਰਡ ਨਹੀਂ ਹੈਗਾ ਜਿਹੜਾ ਤੁਸੀਂ ਪੜਿਆ ਸੀ। ਇੱਕ ਵਾਰ ਲਾਈਨ ਤੇ ਆ ਜਾਂਦੇ ਹਾਂ, ਕਹਿ ਰਿਹਾ ਜੀ ਹਾਂਜੀ ਕਿ ਯੂਟਿਊਬ ਤੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਵਿੱਚ ਅਰਚਨਾ ਮਕਵਾਨਾ ਉਹਦਾ ਐਡਰੈਸ ਦਿੱਤਾ, ਨਾਮ ਦੀ ਲੜਕੀ, ਮੋਬਾਈਲ ਨੰਬਰ ਦਿੱਤਾ, ਸ੍ਰੀ ਅੰਮ੍ਰਿਤਸਰ ਵਿਖੇ ਪ੍ਰਕਰਮਾ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਦੇ ਸ਼ਹੀਦ ਦੇ ਸਥਾਨ ਨੇੜੇ ਫੋਟੋ ਖਿੱਚੀ ਗਈ ਤੇ ਜਾਣ ਬੁੱਝ ਕੇ ਵਾਇਰਲ ਕਰ ਰਹੀ ਹੈ। ਇਤਰਾਜ਼ ਯੋਗ ਸ਼ਬਦ ਆਉਂਦਾ ਹਾਂ ਜਗ੍ਹਾ ਤੇ, ਇਤਰਾਜ਼ ਯੋਗ ਸ਼ਬਦ ਇਤਰਾਜ਼ ਹਾਂ ਇਤਰਾਜ਼ ਯੋਗ ਫੋਟੋ ਖਿੱਚੀ ਗਈ ਨਾ, ਉਹਨੇ ਆਪ ਖਿੱਚੀ ਹੈ, ਕਿਸੇ ਹੋਰ ਨੇ ਖਿੱਚੀ ਹੈ, ਉਹ ਤਾਂ ਧਿਆਨ ਮਗਤ ਸੀ, ਉਹਦੀ ਫੋਟੋ ਖਿੱਚੀ ਗਈ ਤਾਂ ਵਾਇਰਲ ਕਰ ਰਹੀ ਹੈ। ਜਿਹਨੇ ਫੋਟੋ ਖਿੱਚੀ ਤੁਸੀਂ ਉਹਨੂੰ ਫੜੋ ਜੇ ਤੁਸੀਂ ਲੱਗਦਾ ਹੈ, ਮਗਰ ਇਹ ਸਿੱਧਾ ਹੀ ਹੈ ਕਿ ਕਿਸੇ ਸੰਗਤ ਨੇ ਕੋਈ ਓਬਜੈਕਸ਼ਨ ਨਹੀਂ ਕੀਤਾ, ਨਹੀਂ ਤਾਂ ਫੋਟੋ ਖਿੱਚੀ ਨਹੀਂ ਸੀ ਜਾਣੀ, ਉਹ ਜਗ੍ਹਾ ਤੇ ਝੱਟ ਹੀ ਰੋਕ ਦਿੰਦੇ ਜੇ ਕਿਸੇ ਨੂੰ। ਉਹਨਾਂ ਦਾ ਕਹਿਣਾ ਕਿ ਫੋਟੋ ਵੀ ਇੱਕ ਸਿੱਖ ਸੱਜਣ ਨੇ ਖਿੱਚੀ ਔਰ ਉਸ ਅਰਚਨਾ ਨੇ ਆਪਣੇ ਇੰਸਟਾਗ੍ਰਾਮ ਤੇ ਆਪਣੇ ਅਸੀਂ ਆਪਾਂ ਤਾਂ ਆਪਣੇ ਧਰਮ ਨੂੰ ਇੰਨਾ ਛੋਟਾ ਕਿਉਂ ਕਰ ਰਹੇ ਹਾਂ? ਯਾਨੀ ਕਿ ਇਹਦੇ ਵਿੱਚ ਇਤਰਾਜ਼ ਯੋਗ ਲਿਖਿਆ ਨਹੀਂ ਲਿਖਿਆ ਵੀ ਯੋਗਾ ਕਰਦੀ ਹੋਈ? ਹਾਂ, ਇਸ ਤੋਂ ਲੱਗਦਾ ਕਿ ਤੁਸੀਂ ਚਲਾਕੀ ਕਰ ਰਹੇ ਹੋ, ਇਹਦੇ ਵਿੱਚ ਤੁਸੀਂ ਝੂਠ ਦੇ ਬਾਰਡਰ ਲਾਈਨ ਤੇ ਆ ਜਾ ਰਹੇ। ਜੋ ਤੁਸੀਂ ਐਫ ਆਈ ਆਰ ਵਿੱਚ ਸੱਚਾਈ ਨਹੀਂ ਦੱਸਦੇ, ਤੁਸੀਂ ਬਿਲਕੁਲ ਇਮਾਨਦਾਰੀ ਨਾਲ ਕਹਿੰਦੇ ਕਿ ਜੀ ਇੱਕ ਪਿੱਛੇ ਆਈ ਸੀ, ਉਹ ਯੋਗ ਆਸਣ ਕੀਤੇ ਸੀ ਇੰਟਰਨੈਸ਼ਨਲ ਯੋਗਾ ਡੇ ਤੇ, ਉਦੋਂ ਚਾਹੇ ਸੰਗਤ ਨੇ ਕੁਛ ਨਹੀਂ ਕਿਹਾ, ਬਟ ਹੁਣ ਵਾਇਰਲ ਹੋ ਰਹੀ ਹੈ ਕਿ ਸਾਨੂੰ ਲੋਕੀ ਕਹਿ ਰਹੇ ਨੇ ਕਿ ਇਹ ਬੇਅਦਬੀ, ਇਸ ਕਰਕੇ ਅਸੀਂ ਲਿਖਾ ਰਹੇ, ਇੰਨਾ ਤਾਂ ਲਿਖ ਦਿੰਦੇ, ਔਰ ਕਾਨੂੰਨ ਇੰਨਾ ਅੰਨਾ ਵੀ ਨਹੀਂ ਹੈ ਕਿ ਇਹਨੂੰ ਓਫੈਂਸ ਸਮਝ ਲੈ।
ਇੰਨੇ ਸ਼ਬਦ ਹੈ ਕਿ ਕੋਈ ਇਸ ਮਨ ਨਾਲ ਇਸ ਨੀਅਤ ਨਾਲ ਕਿ ਸਿੱਖ ਧਰਮ ਦੀ ਬੇਇੱਜ਼ਤੀ ਹੋਵੇ ਤਾਂ ਕੁਛ ਕਰੇ। ਇਹ ਤਾਂ ਵਿਚਾਰੀ ਆਪਣੇ ਧਰਮ ਹੀ ਅਪਣਾ ਰਹੀ, ਆਪਣਾ ਧਰਮ ਦੀ ਯੋਗ ਆਸਣ ਕਿੰਨਾ ਇੰਟੀ ਕਹਿ ਲਓ ਛੋਟਾ, ਕਿੰਨਾ ਕਿੰਨਾ ਕਹਿ ਲਓ ਆਲਮੋਸਟ ਸਾਰੇ ਧਰਮਾਂ ਦੇ ਲੋਕ ਦੁਨੀਆਂ ਭਰ ਵੀ ਯੋਗ ਆਸਣ ਕਰਦੇ ਨੇ, ਆਪਣੀ ਸਿਹਤ ਲਈ ਵੀ, ਆਪਣੇ ਮਨ ਦੀ ਸ਼ਾਂਤੀ ਲਈ ਵੀ, ਆਪਣੀ ਆਤਮਾ ਦੇ ਲਈ। ਅਤੇ ਉਸ ਟੈਕਨੀਕ ਨੂੰ ਜਾਂ ਉਸ ਸੋਹਣੇ ਜਿਹੜਾ ਕਹਿ ਲਓ ਹੈ ਤਾਂ ਇੱਕ ਟੈਕਨੀਕ ਸੀ ਹੈ ਨਾ, ਜਿੱਦਾਂ ਆਪਾਂ ਸ਼ਿਵ ਸੂਤਰ ਸਮਝਦੇ ਹਾਂ ਕਿ ਅਲੱਗ ਅਲੱਗ ਧਿਆਨ ਲਾਉਂਦੇ ਅਲੱਗ ਅਲੱਗ ਟੈਕਨੀਕ ਹੈ। ਅਤੇ ਯੋਗ ਆਸਣ ਜਿਹੜੇ ਸ਼ੁਰੂਆਤ ਹੈ ਪਤੰਜਲੀ ਦੇ ਯੋਗ ਜਿਹੜੀ ਪ੍ਰਤੀ ਕਿਆ ਉਹ ਜਿਹੜੀ ਹੈਗਾ ਟ੍ਰੈਡੀਸ਼ਨ, ਅਤੇ ਪਤੰਜਲੀ ਦਾ ਯੋਗ ਆਸਣ, ਯੋਗ ਆਸਣ ਸਭ ਤੋਂ ਪਹਿਲਾਂ ਜਦੋਂ ਤੁਸੀਂ ਸਰੀਰ ਸ਼ੁੱਧੀ 'ਤੇ ਇੱਕ ਡਿਸਿਪਲਨ ਕਰਦੇ ਹੋ ਤਾਂ ਕਿ ਸਰੀਰ ਸਾਫ ਸੁੰਦਰ ਹੋਏਗਾ, ਸਵਸਥ ਹੋਏਗਾ, ਫਿਰ ਹੀ ਤੁਸੀਂ ਰੱਬ ਦੇ ਰਸਤੇ ਚੱਲ ਪਾਓਗੇ, ਪਾਠ ਵੀ ਤਦ ਕਰ ਪਾਓਗੇ। ਗੁੱਸਾ ਫਿਰ ਕਿਉਂ ਹੈ ਸਿੱਖ ਜਾਂ ਐਸਜੀਪੀਸੀ ਨੂੰ ਗੁੱਸਾ ਕਿਉਂ ਹੈ ਕਿ ਹਰਿਮੰਦਰ ਸਾਹਿਬ ਜਾ ਕੇ ਯੋਗ ਦੀ ਮੁਦਰਾ ਕੀਤੀ? ਗੁੱਸਾ ਕਈ ਲੋਕ ਕਾਰਨ ਹੀ ਕਰਦੇ ਨੇ ਮੈਨੂੰ, ਕਿਉਂਕਿ ਐਸਜੀਪੀਸੀ ਸਾਡੀ ਇਸ ਹਾਲਾਤ ਪੋਲੀਟੀਕਲ ਪਾਰਟੀ ਦੇ ਵਿੱਚ ਜਿਗੜੀ ਗਈ ਹੈ ਕਿ ਇਹ ਵੀ FIR ਵੀ ਮੈਨੂੰ ਇਹ ਕਦੇ ਨੀ ਮਹਿਸੂਸ ਸਕਦਾ ਕਿ ਉਹਨਾਂ ਨੂੰ ਪਤਾ ਨਾ ਹੋਵੇ ਕਿ ਕੋਈ ਓਫੈਂਸ ਨੀ ਬਣਦਾ। ਕੋਰਟ ਚ ਠਹਿਰੀ ਗਈ FIR ਤੁਹਾਨੂੰ ਲੱਗਦਾ? ਕੋਰਟ ਵਿੱਚ ਕਿਹਾ, ਇਹ ਤਾਂ ਕਿਸੇ ਛੋਟੀ ਅਦਾਲਤ ਵਿੱਚ ਨਹੀਂ ਠਹਿਰ ਸਕਦੀ, ਹਾਈਕੋਰਟ ਇਹਨੂੰ ਸਕੁਆਸ਼ ਕਰ ਦੇਗਾ, ਉਹਦੇ ਨਾਲ ਜ਼ਿਆਦਾ ਦਰਬਾਰ ਸਾਹਿਬ ਦੀ, SGPC ਦੀ, ਸਿੱਖ ਧਰਮ ਦੀ ਜ਼ਿਆਦਾ ਇਨਸਲਟ ਹੋਏਗੀ। ਇਹੋ ਜਿਹੇ FIR ਤੁਸੀਂ ਦਰਜ ਕਰ ਦਿਓ ਕਿੰਨੀ ਵੱਡੀ, ਕਿੱਥੇ ਤੁਸੀਂ ਕਹਿੰਦੇ ਹੋ ਕਿ ਸਾਡੇ ਗੁਰਦੁਆਰਾ ਸਾਹਿਬ ਦੇ ਚਾਰੋਂ ਪਾਸੇ ਸਾਰੇ ਰਸਤੇ ਕਿਉਂ ਖੁੱਲ੍ਹੇ? ਅਸੀਂ ਮੌਲਿਕਲੀ ਹਰ ਧਰਮ ਦਾ ਬੰਦਾ, ਹਰ ਜਾਤੀ ਦਾ ਬੰਦਾ, ਹਰ ਕਿਸਮ ਦਾ ਬੰਦਾ ਉੱਥੇ ਆ ਕੇ ਵਿਸ਼ਰਾਮ ਕਰ ਸਕਦਾ, ਲੰਗਰ ਖਾ ਸਕਦਾ, ਆਪਣੀ ਪਿਆਸ ਬੁਝਾ ਸਕਦਾ, ਗੁਰਬਾਣੀ ਸੁਣ ਸਕਦਾ, ਔਰ ਫਿਰ ਤੁਸੀਂ ਇਹੋ ਜਿਹੇ ਐਕਟ ਕਰੋ। ਇਸ ਕਰਕੇ ਦੁਖੀ ਹੁੰਦਾ ਕਿ ਇਹੋ ਜਿਹੇ ਅਗਿਆਨੀ ਸਾਡੇ ਧਰਮ ਸਥਾਨਾਂ ਨੂੰ ਮੈਨੇਜ ਕਰ ਰਹੇ ਨੇ। ਤੁਸੀਂ ਇੱਕ ਲਾਸਟ ਸਵਾਲ, ਤੁਸੀਂ ਕਹਿ ਕੇ ਇੱਕ ਸਿੱਖ ਹੋਣ ਦੇ ਨਾਲ ਤੁਹਾਨੂੰ ਵੀ ਬੜਾ ਦੁੱਖ ਹੈ ਕਿ ਦੁੱਖ ਬਹੁਤ ਹੀ ਦੁੱਖ ਹੈ, ਸਭ ਤੋਂ ਜ਼ਿਆਦਾ ਦੁੱਖ ਹੈ। ਇਸ ਲਈ ਮੈਨੂੰ ਲੱਗਦਾ ਕਿ ਮੇਰੀ ਸਭ ਤੋਂ ਪਹਿਲਾਂ ਡਿਊਟੀ ਹੈ ਕਿ ਦੱਸਿਆ ਜਾਵੇ ਆਪਣੇ ਸਿੱਖ ਭਰਾਵਾਂ ਨੂੰ, ਆਪਣੇ ਜਨਰਲ ਮੈਨੇਜਰਾਂ ਨੂੰ ਕਿ ਥੋੜ੍ਹਾ ਹੋਰ ਪਾਠ ਕਰੋ, ਗੁਰੂ ਗ੍ਰੰਥ ਸਾਹਿਬ ਖੋਲ੍ਹੋ, ਦੇਖੋ ਗੁਰੂ ਨਾਨਕ ਦੀ ਬਾਣੀ ਨੇ ਕੀ ਕਿਹਾ ਔਰ ਕੀ ਤੁਸੀਂ ਕਰ ਰਹੇ ਹੋ। ਨਾਨਕ ਦੀ ਬਾਣੀ ਦਾ ਸਿੱਧਾ ਉਲੰਘਣਾ ਹੈ। ਤੋ ਉਸ ਹਿਸਾਬ ਨਾਲ ਮੈਨੇਜਰ ਸਾਹਿਬ ਨੇ ਵੱਡਾ ਐਕਟ ਕੀਤਾ ਸਿੱਖਾਂ ਦੇ ਦਿਲ ਨੂੰ ਹਰਟ ਕਰਨ ਲਈ, ਰਾਧਨ ਉਸ ਲੜਕੀ ਨੇ।